ਸਤਿ ਸ਼੍ਰੀ ਅਕਾਲ ਜੀ, ਮੈਂ ਜਸ ਚਾਵਲਾ ਡੈਸਟੀਨੀ ਬੋਰਡ ਤੋਂ। ਸੋ ਅੱਜ ਕੋਈ ਇੰਨਾ ਸਪੈਸੀਫਿਕ ਪਲਾਨ ਨਹੀਂ ਸੀ ਹੈਗਾ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਦਾ, ਬਟ ਇੱਕ ਇਹੋ ਜਿਹਾ ਇੰਸੀਡੈਂਟ ਹੋਇਆ ਆਫਿਸ ਦੇ ਵਿੱਚ, ਉਹਦੀ ਸਟੋਰੀ ਮੈਨੂੰ ਲੱਗਾ ਕਿ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੀਦੀ ਹੈ। ਇਹ ਬੱਚਾ ਕੁਛ ਮਹੀਨੇ ਪਹਿਲੇ ਮੈਨੂੰ ਆਫਿਸ ਆ ਕੇ ਮਿਲਿਆ ਸੀ ਐਂਡ ਮੇਰੀ ਟੀਮ ਨੂੰ, ਔਰ ਇਸ ਬੱਚੇ ਦਾ ਕੇਸ ਆਪਾਂ ਆਸਟ੍ਰੇਲੀਆ ਵਾਸਤੇ ਲੈਣ ਤੋਂ ਮਨਾ ਕਰਤਾ ਸੀ ਬਿਕੋਜ਼ ਪਰਸੈਂਟੇਜ ਆਫ ਮਾਰਕਸ 53 ਸੀ। ਤੁਹਾਨੂੰ ਪਤਾ 2018 ਦਾ ਪੰਜਾਬ ਬੋਰਡ ਦਾ ਰਿਜ਼ਲਟ ਇੰਨਾ ਵਧੀਆ ਨਹੀਂ ਸੀ ਹੈਗਾ, ਆਇਲਸ ਉਹਦੀ ਬਹੁਤ ਵਧੀਆ ਸੀ, ਤਾਂ ਵੀ ਅਸੀਂ ਬੱਚੇ ਨੂੰ ਨਾ ਕੀਤਾ ਕਿ ਤੇਰਾ ਕੇਸ ਆਪਾਂ ਨਹੀਂ ਕਰਾਂਗੇ ਖਾਸ ਤੌਰ 'ਤੇ ਡਿਪਲੋਮੇ ਦੇ ਵਾਸਤੇ, ਬਿਕੋਜ਼ ਤੂੰ ਡਿਗਰੀ ਵਾਸਤੇ ਐਲੀਜੀਬਲ ਨਹੀਂ ਹੈਗਾ, ਈਵਨ D2D ਵਾਸਤੇ ਵੀ ਤੂੰ ਐਲੀਜੀਬਲ ਨਹੀਂ ਹੈਗਾ। ਹੁਣ ਉਹ ਬੱਚਾ ਕਿਹਾ, ਚਲੋ ਹਰ ਬੱਚੇ ਨੇ ਆਪਣੀ ਕਰਨੀ ਹੁੰਦੀ ਹੈ, ਉਹ ਬੱਚਾ ਮੇਰੇ ਹੀ ਇਸ ਮਾਰਕੀਟ ਦੇ ਵਿੱਚ ਕਿਸੇ ਕੰਸਲਟੈਂਟ ਕੋਲ ਆਪਣੀ ਫਾਈਲ ਲਵਾ ਕੇ ਅੱਜ ਰਿਫਿਊਜ਼ ਕਰਾ ਕੇ ਮੇਰੇ ਕੋਲ ਆਇਆ। ਚਲੋ ਵੀਜ਼ਾ ਰਿਫਿਊਜ਼ ਹੋਣਾ ਨਹੀਂ ਵੱਡੀ ਗੱਲ ਨਹੀਂ ਹੈਗੀ, ਲੇਕਿਨ ਉਹ ਵੀਜ਼ਾ ਰਿਫਿਊਜ਼ ਕਿਉਂ ਹੋਇਆ ਇਹ ਜਾਣਨਾ ਬਹੁਤ ਜ਼ਰੂਰੀ ਹੈ। ਉਸ ਬੱਚੇ ਨੇ ਪਹਿਲੀ ਗੱਲ ਤਾਂ ਪੈਕੇਜ ਹੋਇਆ, ਪੈਕੇਜਸ ਬਾਰੇ ਆਪਾਂ ਸ਼ੁਰੂ ਤੋਂ ਤੁਹਾਨੂੰ ਦੱਸਦੇ ਹਾਂ ਕਿ ਪੈਕੇਜ ਦੀ ਸੱਚਾਈ ਕੀ ਹੈ। ਬਹੁਤ ਸਾਰੀ ਵੀਡੀਓਜ਼ ਨੇ, ਇਸ ਵੀਡੀਓ ਦੇ ਵਿੱਚ ਵੀ ਕੁਛ ਨਾ ਕੁਛ ਕਲੀਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਸ ਬੱਚੇ ਦੇ ਨਾਲ 16 ਲੱਖ ਦਾ ਪੈਕੇਜ ਹੋਇਆ ਇੱਕ ਪ੍ਰਾਈਵੇਟ ਕਾਲਜ ਦੇ ਨਾਲ, ਜਿਹਦੀ ਫੀਸ $12,000 ਸੀ। ਸੋ 6 ਲੱਖ ਰੁਪਈਆ ਫੀਸ ਅਤੇ 10 ਲੱਖ ਰੁਪਈਆ ਕਿਸ ਚੀਜ਼ ਦਾ ਸਾਨੂੰ ਪਤਾ ਨਹੀਂ। ਔਰ ਉਸ ਬੱਚੇ ਦਾ +2 ਦਾ ਪੰਜਾਬ ਬੋਰਡ ਦਾ ਸਰਟੀਫਿਕੇਟ ਬਦਲ ਕੇ ਉਹਦਾ ICC ਬੋਰਡ ਦਾ ਸਰਟੀਫਿਕੇਟ ਲਾ ਤਾ। ਕਿ ਹਾਈ ਕਮਿਸ਼ਨ ਨੂੰ ਪਤਾ ਨਹੀਂ ICC ਦੀ ਵੈਬਸਾਈਟ ਕੀ ਆ, ਕਿੱਥੋਂ ਉਹਨਾਂ ਨੇ ਇਹਨੂੰ ਵੈਰੀਫਾਈ ਕਰਨਾ। 2 ਲੱਖ ਰੁਪਈਆ ਕੋਈ ਫੰਡਾਂ ਦਾ ਲਿੱਤਾ, ਵੀਜ਼ਾ ਉਹਦਾ ਰਿਫਿਊਜ਼ ਹੋ ਗਿਆ, ਬੈਨ ਉਹਦਾ ਵੱਖਰਾ ਲੱਗ ਗਿਆ 3 ਸਾਲ ਦਾ ਕਿ 5 ਸਾਲ ਦਾ। ਖੈਰ ਮੈਂ ਰਿਫਿਊਜ਼ਲ ਪੜ੍ਹੀ ਨਹੀਂ ਬਿਕੋਜ਼ ਬੱਚਾ, ਔਰ ਦੇਖੋ ਹੈਰਾਨੀ ਦੀ ਗੱਲ ਹੈ ਕਿ ਉਸ ਕੰਸਲਟੈਂਟ ਦੀ ਹਿੰਮਤ, ਦੇਖੋ ਬੱਚੇ ਦੇ ਕੋਲ ਆਪਣਾ ਫੇਕ ਸਰਟੀਫਿਕੇਟ ਪਿਆ, ਲੇਕਿਨ ਕੰਸਲਟੈਂਟ ਨੇ ਉਸ ਬੱਚੇ ਦੇ ਕੋਲੋਂ ਹਰ ਤਰ੍ਹਾਂ ਦਾ ਐਫੀਡੇਵਿਟ ਲਿੱਤਾ ਹੈ ਕਿ ਜੋ ਡਾਕੂਮੈਂਟ ਦੇ ਰਿਹਾ ਤੂੰ ਦਿੱਤੇ ਆ। ਉਹਦੇ ਫੰਡਸ ਤੱਕ ਅਪਲੋਡ ਨਹੀਂ ਹੋਏ, ਉਹਦਾ ਕੋਈ ਬੈਂਕ 'ਚ ਖਾਤਾ ਨਹੀਂ ਖੁੱਲਿਆ, ਪ੍ਰਾਈਵੇਟ ਕਾਲਜ ਸੀ, ਕੋਈ ਉਹਦੀ ਫੀਸ ਨਹੀਂ ਪੇ ਹੋਈ। ਬੱਚੇ ਨੂੰ ਇਹ ਕਹਿ ਕੇ ਕਿ ਤੇਰੇ ਫੰਡਸ ਮੈਂ ਕੀਤੇ, ਤੇਰੀ ਫੀਸਾਂ ਮੈਂ ਪੇ ਕੀਤੀਆਂ, ਇਸ ਕਰਕੇ ਤੇਰਾ 2 ਲੱਖ ਰੁਪਈਆ ਵਾਪਸ ਨਹੀਂ ਹੋਣਾ। ਉਹ ਬਈ, ਤੂੰ ਕਿਸੇ ਬੱਚੇ ਦੀ ਜ਼ਿੰਦਗੀ ਖਰਾਬ ਕਰ ਦਿੱਤੀ, ਉਹਦਾ ਬੈਨ ਲੱਗ ਗਿਆ, ਦੁਬਾਰਾ ਕਦੀ ਆਸਟ੍ਰੇਲੀਆ ਅਪਲਾਈ ਨਹੀਂ ਕਰ ਸਕਦਾ। ਗ੍ਰੈਜੂਏਸ਼ਨ ਤੋਂ ਬਾਅਦ ਵੀ ਅਪਲਾਈ ਕਿਵੇਂ ਕਰੇਗਾ ਬੱਚਾ, ਬਿਕੋਜ਼ +2 ਤੋਂ ਉਹਦੀ ਨਕਲੀ ਆ। ਵੈਸੇ ਉਹਨੂੰ ਪਤਾ ਲੱਗ ਗਿਆ ਕਿ ਫੇਕ ਡਾਕੂਮੈਂਟ ਆ, ਇਹ ਪੈਕੇਜਿਸ ਦੇ ਚੱਕਰ ਨੇ ਇਸ ਸਾਡੇ ਵਪਾਰ ਨੂੰ, ਇਸ ਬਿਜ਼ਨਸ ਨੂੰ ਕਲੰਕ ਲਾ ਕੇ ਰੱਖਿਆ ਹੋਇਆ। ਦੇਖੋ, ਮੈਂ ਰੀਸੈਂਟਲੀ ਕੇਸ ਕੋਰ ਕਰਦਾ ਡਿਸਕਸ, ਅੰਕਲ ਆਏ ਮੇਰੇ ਕੋਲ, ਜਿਸ ਬੱਚਾ ਉਹਨਾਂ ਦਾ ਰੀਸੈਂਟ ਪਾਸ ਆਊਟ ਸੀਗਾ 2018, ਸੋਰੀ, ਉਹ ਬੱਚਾ ਕਿਸੇ ਕਾਰਨ ਵਸ਼ ਉਹਦੇ ਇੱਕ ਮੋਡਿਊਲ 'ਚੋਂ 5.5 ਮਿੰਟ ਰਹਿ ਜਾਂਦੇ ਸੀ। ਹੁਣ ਉਹ SDS ਵਾਸਤੇ ਐਲੀਜੀਬਲ ਨਹੀਂ ਸੀ, ਬੜੀਆਂ ਮਨ ਲੁਭਾਵਨੀਆਂ ਐਡ ਦੇਖ ਕੇ ਉਹ ਚਲਾ ਗਿਆ। ਫੇਸਬੁੱਕ 'ਤੇ ਵੀਡੀਓ ਬੋਲਦੇ ਆ, ਲੋਕ ਕਹਿੰਦੇ ਆ ਮੈਂ ਨੰਬਰ 1 ਆ। ਹੁਣ ਉਸਾਂ 'ਤੇ ਹਰ ਟੂਥਪੇਸਟ ਦੀ ਐਡ 'ਤੇ ਚਿੱਟਾ ਕੋਡ ਪਾ ਕੇ ਬੰਦਾ ਡਾਕਟਰ ਨਹੀਂ ਹੋ ਜਾਂਦਾ। ਸੋ ਜ਼ਰੂਰੀ ਨਹੀਂ ਕਿ ਜਿਹੜੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਬੰਦੇ, ਪੰਜਾਬ ਦੀ ਨੰਬਰ 1 ਕੰਪਨੀ, ਇੰਡੀਆ ਦੀ ਨੰਬਰ 1 ਕੰਪਨੀ, ਅਤੇ ਉਹ ਜਾਂ ਤਾਂ ਕੋਈ ਪਲੇਟਫਾਰਮ ਨਹੀਂ ਹੈਗਾ। ਇਹ ਤਾਂ ਤੁਹਾਡੇ ਪ੍ਰੀਵੀਅਸ, ਤੁਹਾਡੇ ਕੰਮ ਕੀਤੇ ਗਏ ਕੰਮ ਅਤੇ ਤੁਹਾਡੇ ਰਿਵਿਊਜ਼ ਜਿਹੜੇ ਲੋਕ ਤੁਹਾਡੇ ਬਾਰੇ ਦਿੰਦੇ ਆ, ਉੱਥੋਂ ਹੀ ਤੁਹਾਡੇ ਬਾਰੇ ਪਤਾ ਚੱਲਦਾ। ਚਲੋ, ਖੈਰ, ਉਸ ਅੰਕਲ ਨੂੰ ਇਹ ਪੁੱਛਿਆ ਗਿਆ ਕਿ ਅੰਕਲ ਤੁਸੀਂ ਇਹ 20 ਲੱਖ ਦਾ ਪੈਕੇਜ ਕੀਤਾ, ਉਹ ਵੀ ਇੱਕ ਪ੍ਰਾਈਵੇਟ ਕਾਲਜ। ਸੋ ਪ੍ਰਾਈਵੇਟ ਕਾਲਜ ਵੀ ਉਹ ਜਿਹਦੇ ਕੋਲ DLI ਨੰਬਰ ਨਹੀਂ ਹੈਗਾ, ਜਿਸ ਬੱਚੇ ਨੂੰ 2 ਸਾਲ ਦੀ ਫੀਸਾਂ ਦੇਣ ਤੋਂ ਬਾਅਦ ਵਰਕ ਪਰਮਿਟ ਨਹੀਂ ਮਿਲਣਾ, PR ਪਾਉਣ ਵਾਸਤੇ ਉਹਨੂੰ ਦੁਬਾਰਾ ਕੋਈ ਹੋਰ ਜੁਗਾੜ ਲਾਉਣਾ ਪਏਗਾ, ਡੋਂਟ ਨੋ ਕੀ ਕਰੇਗਾ, ਫਿਰ ਦੁਬਾਰਾ ਉਨੇ ਹੀ ਪੈਸੇ ਖਰਚੇਗਾ, ਮਾਂ ਪਿਓ ਦੇ ਉਨੇ ਹੀ ਪੈਸੇ ਲਵਾਏਗਾ ਜਿੰਨੇ ਇੱਕ ਵਾਰੀ ਇੱਥੋਂ ਲਵਾ ਕੇ ਗਿਆ, ਜਾਂ ਸਾਲ ਬਾਅਦ ਕਾਲਜ ਚੇਂਜ ਕਰੇਗਾ। ਸੋ ਨਾ ਉਸ ਕਾਲਜ ਕੋਲ ਐਸੋਸੀਏਟ ਡਿਗਰੀ ਸੀ, ਨਾ ਉਹਨਾਂ ਕੋਲ DLI ਨੰਬਰ ਸੀ, ਨਾ ਉਸ ਕਾਲਜ ਨੂੰ ਵਰਕ ਪਰਮਿਟ ਮਿਲਣਾ ਸੀ। ਔਰ ਮੈਂ ਅੰਕਲ ਨੂੰ ਪੁੱਛਿਆ ਕਿ ਤੁਸੀਂ ਇਹ 20 ਲੱਖ ਦਾ ਪੈਕੇਜ, ਪੰਜਾਬ ਪੁਲਿਸ ਸਰਕਾਰੀ ਮਹਿਕਮੇ ਜੋ ਤੁਸੀਂ, ਤੁਹਾਡੇ ਕੋਲ ਸਾਰੇ ਡਾਕੂਮੈਂਟਸ ਪੂਰੇ ਨੇ, ਪੈਕੇਜਸ ਕਿਸ ਚੀਜ਼ ਦਾ ਕੀਤਾ? ਉਹ ਕਹਿੰਦੇ ਕਾਕਾ ਮੈਂ ਨਾ ਇੰਨੇ ਵਧੇਰੇ ਡਾਕੂਮੈਂਟ ਨਹੀਂ ਦੇ ਸਕਦਾ, ਫਲਾਣਾ ਢਮਕਾਨ ਲਿਆ। ਮੈਂ ਕਿਹਾ ਚਲੋ ਤੁਸੀਂ ਦੇਣਾ ਕੀ ਸੀ? ਕਹਿੰਦੇ ਉਹਨੇ ਕਿਹਾ ਸੀ ਸਾਨੂੰ ਕਿ ਜਿਹੜਾ ਤੁਸੀਂ 20 ਲੱਖ ਰੁਪਏ ਦੇਣਾ, ਉਹ 'ਚੋਂ ਤੁਸੀਂ ਉਹਦੀ ਬੈਂਕ ਸਟੇਟਮੈਂਟ ਦੇ ਦੇਣੀ ਆ, ਔਰ GST ਤੁਸੀਂ ਆਪੇ ਪੇ ਕਰਨਾ, ਮੈਂ ਤੁਹਾਡੀ ਸਮੈਸਟਰ ਦੀ ਫੀਸ ਪੇ ਕਰਨੀ ਆ। ਅਗੇਨ, ਕੈਨੇਡਾ ਦਾ ਪ੍ਰਾਈਵੇਟ ਕਾਲਜ ਆ, ਏਜੰਸੀ ਕੀ ਸੈਟਿੰਗ ਹੈ, ਉਹ ਕਿਵੇਂ ਫੀਸਾਂ ਪੇ ਕਰਦੇ ਵੀ ਆ ਕਿ ਪੇਡ LOA ਲੈਂਦੇ ਆ, ਆਈ ਡੋਂਟ ਨੋ, ਮੈਂ ਇਹਦੇ ਬਾਰੇ ਕਮੈਂਟ ਨਹੀਂ ਕਰਨਾ ਚਾਹੁੰਦਾ। ਹੁਣ ਉਹ ਅੰਕਲ ਨੇ ਆਪਣੀ GST ਆਪ ਭਰ ਦਿੱਤੀ, ਅੰਕਲ ਨੇ 20 ਲੱਖ ਰੁਪਏ ਦੀ ਬੈਂਕ ਸਟੇਟਮੈਂਟ ਦੇ ਦਿੱਤੀ, ਸਰਕਾਰੀ ਅਧਾਰਾਂ ਨਾਲ ਸੰਬੰਧ ਰੱਖਦੇ ਸੀ, ਅਤੇ ਮੇਰਾ ਖਿਆਲ ਉਹਨਾਂ ਦੇ ਕੋਲ ਸਾਰੀਆਂ ਇਨਕਮ ਟੈਕਸ ਰਿਟਰਨਸ ਹੋਣਗੀਆਂ, ਬਿਕੋਜ਼ ਉਹਦੇ ਬਗੈਰ ਤਾਂ ਉਹਨਾਂ ਦਾ ਟੈਕਸ ਤਾਂ ਪਹਿਲੇ ਕੱਟ ਕੇ ਆਉਂਦਾ। ਮੈਂ ਕਿਹਾ ਇਸ ਤੋਂ ਇਲਾਵਾ ਤੁਸੀਂ ਕਿਹੜਾ ਡਾਕੂਮੈਂਟ ਦੇਣਾ ਸੀ, ਮੈਨੂੰ ਇਹ ਦੱਸੋ। ਉਹਨਾਂ ਵਾਸਤੇ ਆਈ ਓਪਨਿੰਗ ਸੀ, ਕਹਿੰਦੇ ਪੁੱਤਰ ਪਤਾ ਨਹੀਂ ਹੁਣ ਅਸੀਂ ਅਪਲਾਈ ਕਰ ਦਿੱਤਾ ਹੈ ਅਤੇ ਲੈਟਸ ਸੀ ਕੀ ਹੁੰਦਾ। ਸੋ ਬਹੁਤ ਸਾਰੀ ਵੀਡੀਓ ਪਈਆਂ, ਬਹੁਤ ਚੰਗੇ ਕੰਸਲਟੈਂਟਸ ਨੇ ਬੋਲਿਆ ਪੈਕੇਜਿਸ ਬਾਰੇ, ਪਰ ਆਵਾਮ ਤੱਕ ਆਵਾਜ਼ ਪੂਰੀ ਨਹੀਂ ਪਹੁੰਚਦੀ। ਸੋ ਉਮੀਦ ਕਰਦਾ ਸ਼ਾਇਦ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜੋ ਕਹਿਣਾ ਚਾਹੁੰਦਾ ਸ਼ਾਇਦ ਅੱਜ ਹੀ ਪਹੁੰਚ ਜਾਵੇ। ਬਈ, ਇੱਕ ਵਾਰੀ ਆਪਣੇ ਕੰਸਲਟੈਂਟ ਨੂੰ ਪੁੱਛੋ ਕਿ ਮੇਰੀ ਫਾਈਲ ਦੇ ਨਾਲ, ਮੇਰੇ ਡਾਕੂਮੈਂਟਸ ਦੇ ਨਾਲ ਕੋਈ ਛੇੜਖਾਨੀ ਨਾ ਕਰੇ, ਨਾ ਇਹਨੂੰ ਅਲਾਓ ਕਰੋ। ਖੈਰ, ਅਗਲਾ ਪੁਆਇੰਟ ਹੈਗਾ ਮੇਰਾ ਆਸਟ੍ਰੇਲੀਆ ਦੇ ਉੱਤੇ। ਉਹਦੇ ਵਿੱਚ ਨਾ ਕੁਛ ਪਿਛਲੇ ਹਫ਼ਤੇ
ਰੀਜਨਲ ਏਰੀਆਸ ਨੂੰ ਲੈ ਕੇ ਵੀਡੀਓ ਪਾਈ ਸੀ ਅਤੇ ਕੱਲ੍ਹ ਹੀ ਇੱਕ ਨਿਊਜ਼ ਏਜੰਸੀ ਨੇ ਇੱਕ ਇਨਫੋਰਮੇਸ਼ਨ ਰਿਵੀਲ ਕੀਤੀ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੰਡੀਅਨ ਸਟੂਡੈਂਟਸ ਕਿਵੇਂ ਸਿਸਟਮ ਨੂੰ ਅਬਿਊਜ਼ ਕਰਦੇ ਪਏ ਆ। ਸੋ ਮੈਂ ਇਸ ਵੀਡੀਓ ਰਾਹੀਂ ਉਹਦੇ ਵਾਸਤੇ ਇੱਕ ਵੱਖਰੀ ਵੀਡੀਓ ਲੈ ਕੇ ਆ ਰਹੇ ਹਾਂ ਆਪਾਂ। ਸੋ ਉਹਦੇ ਵਿੱਚ ਤੁਸੀਂ ਇਹ ਧਿਆਨ ਰੱਖੋ ਕਿ ਜੇਕਰ ਤੁਸੀਂ ਆਸਟ੍ਰੇਲੀਆ 'ਚ ਪੜ੍ਹਦੇ ਪਿਓ, ਜਾ ਲੱਗਿਆ ਜਿਹੜੇ ਤੁਸੀਂ ਉਹ ਲੈਟਰ ਲਿਖ ਕੇ ਦਿੰਦੇ ਹੋ ਕਿ ਮੈਨੂੰ ਸਟ੍ਰੈਸ ਹੋ ਗਿਆ, ਮੈਂ ਯੂਨੀਵਰਸਿਟੀ ਚੇਂਜ ਕਰਨੀ ਹੈ, ਮੈਨੂੰ ਡਿਪਰੈਸ਼ਨ ਹੋ ਗਿਆ, ਬਿਕੋਜ਼ ਤੁਸੀਂ ਜਾਂਦੇ ਹੋ ਐਡੀਲੇਡ ਦੇ ਵਿੱਚ, ਬਾਅਦ 'ਚ ਕਹਿੰਦੇ ਹੋ ਕਿ ਮੇਰਾ ਰਿਸ਼ਤੇਦਾਰ ਮੈਲਬਰਨ 'ਚ ਹੈਗਾ, ਮੈਂ ਮੈਲਬਰਨ ਸ਼ਿਫਟ ਹੋਵਾਂ। ਉਹਨਾਂ ਨੂੰ ਪਤਾ ਕਿ ਤੁਸੀਂ ਕੋਈ ਸਟ੍ਰੈਸ ਫੀਲ ਨਹੀਂ ਕਰਦੇ ਪਏ, ਕੋਈ ਡਿਪਰੈਸ਼ਨ ਨਹੀਂ ਗਾ, ਤੁਸੀਂ ਸਿਰਫ ਯੂਨੀਵਰਸਿਟੀ ਚੇਂਜ ਕਰਨੀ ਆ। ਕਾਇੰਡਲੀ ਜੋ ਤੁਸੀਂ ਵੱਡੀ ਵੱਡੀਆਂ ਜੀ ਟੀ ਦੇ ਵਿੱਚ ਐਸ ਓ ਪੀ ਦੇ ਵਿੱਚ ਲਿਖ ਕੇ ਦਿੱਤਾ ਕਿ ਆਪਾਂ ਇੱਕ ਸਪੈਸੀਫਿਕ ਜਗ੍ਹਾ 'ਚ ਕਿਉਂ ਪੜ੍ਹਨ ਜਾ ਰਹੇ ਹਾਂ, ਬਹੁਤ ਰਿਸਰਚ ਕੀਤੀ, ਉੱਥੇ ਜਾਂਦੇ ਤੁਹਾਡੀ ਰਿਸਰਚ ਖਤਮ ਹੋ ਗਈ ਅਤੇ ਤੁਸੀਂ ਸਟ੍ਰੈਸ ਦਾ ਸ਼ਿਕਾਰ ਹੋ ਗਏ, ਤੁਸੀਂ ਹੁਣ ਕਿੱਥੇ ਹੋਰ ਜਾਣਾ। ਇਹੀ ਕਾਰਨ ਹੈ ਕਿ ਇੰਡੀਆ ਦੀਆਂ ਚੰਗੀ ਐਪਲੀਕੇਸ਼ਨ ਤੁਹਾਡੇ ਭੈਣ ਭਰਾਵਾਂ ਦੀਆਂ ਅੱਜ ਕਈ ਵਾਰੀ ਰਿਫਿਊਜ਼ ਹੋ ਜਾਂਦੀਆਂ, ਬਿਕੋਜ਼ ਤੁਸੀਂ ਸਿਸਟਮ ਨੂੰ ਅਬਿਊਜ਼ ਕੀਤਾ। ਨਾ ਕਰੋ ਮੇਰੇ ਦੋਸਤੋ, ਸਿਸਟਮ ਜਿੱਥੇ ਪੜ੍ਹਦੇ ਪਏ ਉੱਥੇ ਹੀ ਪੜ੍ਹੋ, ਘੱਟੋ ਘੱਟ ਸਾਲ ਤੀ ਉੱਥੇ ਲਾਓ, 2 ਸਾਲ ਉੱਥੇ ਲਾਓ, ਉਸ ਤੋਂ ਬਾਅਦ ਦੇਖੋ ਤੁਹਾਡਾ ਉੱਥੇ ਹੀ ਦਿਲ ਲੱਗੇਗਾ, ਤੁਹਾਡੀ ਉੱਥੇ ਹੀ ਇੰਪਲੋਇਮੈਂਟ ਦੀਆਂ ਓਪਰਚੁਨਿਟੀਜ਼ ਬਣਨਗੀਆਂ ਅਤੇ ਪੀ ਆਰ ਦੀ ਵੀ ਬਣਨਗੀਆਂ। ਦੂਜਾ, ਖਾਸ ਤੌਰ 'ਤੇ ਜਿਹੜੇ ਬੱਚੇ ਰੀਜਨਲ ਏਰੀਆ ਦੇ ਵਿੱਚ ਪੜ੍ਹਨ ਤੋਂ ਅਵੋਇਡ ਕਰਦੇ ਪਏ ਜਾਂ ਪੜ੍ਹਦੇ ਪਿਆ, ਉਹਦੇ ਬਿਲਕੁਲ ਵੀ ਚੇਂਜ ਨਾ ਕਰਨ। 16 ਨਵੰਬਰ 2019 ਨੂੰ ਇਹੋ ਜਿਹੀਆਂ ਅਨਾਊਂਸਮੈਂਟਸ ਹੋਣਗੀਆਂ ਜਿਹੜੀਆਂ ਰਿਟਨ ਉਹਨਾਂ ਨੇ ਲਿਖ ਕੇ ਦੇ ਵੀ ਦਿੱਤੀ ਹੋਈਆਂ, ਓਫਿਸ਼ਲੀ ਅਨਾਊਂਸਮੈਂਟ ਵੀ ਹੋਣਗੀਆਂ, ਇੰਪਲੀਮੈਂਟ ਵੀ ਹੋਣਗੀਆਂ, ਜਿਹਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਅਪ ਟੂ 15,000 ਸਕੋਲਰਸ਼ਿਪਸ, 1 ਸਾਲ ਦਾ ਵੱਧ ਪੋਸਟਿਵ ਵਰਕ ਵੀਜ਼ਾ ਐਸ ਕੰਪੇਅਰ ਟੂ ਆਲ ਆਸਟ੍ਰੇਲੀਆ, ਔਰ ਉਹਦੇ ਵਿੱਚ ਪੀ ਆਰ ਪੋਸੀਬਿਲਿਟੀ, ਸਟੇਟ ਸਪੋਂਸਰਸ਼ਿਪ, ਬਹੁਤ ਕੁਛ ਮਿਲ ਰਿਹਾ। ਸੋ ਮੇਰੀ ਇਹੀ ਰਿਕੁਐਸਟ ਹੈਗੀ ਹੈ ਕਿ ਪਲੀਜ਼ ਸਿਸਟਮ ਨੂੰ ਅਬਿਊਜ਼ ਨਾ ਕਰੋ। ਐਲੀਕੋਸ ਪੜ੍ਹਨ ਜਾਂਦੇ ਹੋ, ਜਾਂਦੇ ਕਲਾਸਾਂ 'ਚ ਪੀ ਆਰ ਦੀ ਗੱਲਾਂ ਹੁੰਦੀਆਂ, ਐਲੀਕੋਸ ਪੂਰਾ ਕਰੋ, ਜਾਂਦੇ ਉਹਨਾਂ ਕੋਲ ਰਿਕਾਰਡਿੰਗਸ ਹੈਗੀਆਂ ਕਿ ਬੱਚੇ ਕਹਿੰਦੇ ਆ ਯਾਰ ਪੀ ਆਰ ਕਿਵੇਂ ਪਾਣੀ ਹੈ, ਕੋਰਸ ਪੀ ਆਰ ਲਿਸਟ ਵਿੱਚ ਹੈਗਾ ਕਿ ਨਹੀਂ ਹੈਗਾ, ਕੋਰਸ ਚੇਂਜ ਕਰ ਲਓ, ਯੂਨੀਵਰਸਿਟੀ ਚੇਂਜ ਕਰ ਲਿਓ। ਸੋ ਥੋੜ੍ਹਾ ਪਰੇਸ਼ਾਨ ਹੋ ਜਾਂਦੀ ਹੈ ਕੰਟਰੀਜ਼ ਕਿ ਯਾਰ ਇਹ ਬੰਦੇ ਇਹਨਾਂ ਨੇ ਪੈਸੇ ਲਾ ਕੇ ਪੜ੍ਹਨ ਆ ਰਹੇ ਕਿ ਪੀ ਆਰ ਲੈਣ ਆ ਰਹੇ ਆ। ਦੋ ਸਾਡਾ ਮੋਟੋ ਤਾਂ ਪੀ ਆਰ ਦਾ ਹੀ ਆ, ਪਰ ਐਟਲੀਸਟ ਪੜ੍ਹੋਗੇ ਤਾਂ ਪੀ ਆਰ ਆਏਗੀ। ਸੋ ਹੁਣ ਜਿਹੜੇ ਬੱਚੇ ਰੀਸੈਂਟ ਪਾਸ ਆਊਟ ਹੋਏ ਨੇ 2019 'ਚ ਜਾਂ 2018 ਦੇ ਵੀ ਪਾਸ ਆਊਟ ਹੈਗੇ ਨੇ, ਜਿਨ੍ਹਾਂ ਨੇ ਕੋਈ ਆਇਲਸ ਰੀਅਪੇਅਰ ਕੀਤੀ ਹੈ ਜਾਂ ਪਰਸੈਂਟੇਜ ਉਹਨਾਂ ਨੇ ਇੰਪਰੂਵ ਕੀਤੀ ਹੈ, ਉਹਨਾਂ ਵਾਸਤੇ ਜੁਲਾਈ ਇਨਟੇਕ ਅੱਜ ਵੀ ਖੁੱਲ੍ਹਾ। ਜਿਨ੍ਹਾਂ ਦਾ ਐਲੀਕੋਸ ਨਹੀਂ ਲੱਗੇਗਾ, ਦੋਸਤ ਜਿਹੜੀ ਰਿਕੁਆਇਰਮੈਂਟਸ ਨੂੰ ਮੀਟ ਕਰਦੇ ਆ, ਉਹਨਾਂ ਵਾਸਤੇ ਜੁਲਾਈ ਇਨਟੇਕ ਅੱਜ ਵੀ ਖੁੱਲ੍ਹਾ। ਸਾਡੀ ਕੰਪਨੀ ਦੀ ਔਫਰ ਦਾ ਪ੍ਰੋਸੈਸਿੰਗ ਟਾਈਮ ਉਹੀ ਹੈ ਜੋ ਆਪਾਂ ਡਿਕਲੇਅਰ ਕੀਤਾ ਹੈ, ਲਾਈਕ ਅਰਾਊਂਡ 30 ਡੇਜ਼, ਐਂਡ ਮੇ ਬੀ ਇਨ ਸਮ ਕੇਸਿਸ ਜਲਦੀ ਵੀ ਆਪਾਂ ਲੈ ਲੈਂਦੇ ਹਾਂ। ਐਂਡ ਜਿਹੜੇ ਬੱਚਿਆਂ ਦਾ ਐਲੀਕੋਸ ਲੱਗੇਗਾ, ਦੇ ਆਰ ਐਲੀਜੀਬਲ ਫੋਰ ਦਾ ਸੈਪਟੰਬਰ ਔਰ ਅਕਤੂਬਰ ਇਨਟੇਕ ਦੇ ਲਈ। ਸੋ ਕਾਇੰਡਲੀ ਜੇਕਰ ਇਸ ਵੀਡੀਓ ਦੇ ਵਿਚਕਾਰ ਕਹੇਗੀ ਕਿ ਕਿਸੇ ਵੀ ਗੱਲ ਦੇ ਨਾਲ ਤੁਸੀਂ ਕੋਈ ਕੁਐਸਚਨ ਹੈਗਾ, ਤੁਸੀਂ ਮੈਨੂੰ ਇਨਬੋਕਸ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ, ਆ ਕੇ ਮਿਲ ਸਕਦੇ ਹੋ, ਅਸੀਂ ਪੂਰੀ ਤੁਹਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ। ਥੈਂਕ ਯੂ ਵੈਰੀ ਮੱਚ ਐਂਡ ਸਤਿ ਸ਼੍ਰੀ ਅਕਾਲ।